مصر غير ملتصمين يوم تفرس فيه النفوس انهم قد انذروا بحلول البؤس والنقم والنار خامده الانفاس من اسف عليه والنهر صاد العين من صدم والجن تهتف والانوار ساطعه والحق يظهر من معنى ومن كلم مولاي صل وسلم دائما ابدا على حبيبك خير الخلق كلهم مدرسه امير مدرم میں محترم بھائی جمشید صاحب کے والد محترم کے ختم 40واں پر حاضر ہو ختم چلم پر حاضر ہو اسٹیج پر جلوہ گر علماء کرام مشائخ اعظام موجود ہیں مجھ سے پہلے بھی سب نے گفتگو کی ہوگی اور آپ نے اپنی سماعتوں کی نظر کی ہوگی وقت کے دامن میں بھی اتنی گنجائش نہیں کہ میں گفتگو کروں بس دو باتیں عرض کر کے حضور کی محبت کی آگے چلا جاؤں گا اور اللہ تعالیٰ نے فرمایا وَقْدَارَ رَبُّكَ اللَّهَ تَعْبُدُ إِلَّا إِيَّاهُ وَبِالْوَالِدَيْنِ إِحْسَانًا اللہ نے فرمایا اسی اللہ کی عبادت کرنی اللہ نے وحدہ لا شریک مننا اللہ تَعْبُدُ إِلَّا إِيَّاهُ وَبِالْوَالِدَيْنِ إِحْسَانًا اپنی عبادت دے نال اللہ نے فرمایا اپنے والدین نال رکھنا شروع کرنا اس دے نال ہی اور پورے دنیا کے معاشرے والدین نال حسن سلوک کرن دی واری انہاں اولڈ ہومز بنا دیتے ہیں لیکن اسلام نے اولڈ ہومز نہیں بنائے اسلام نے انہوں سے تعداد بڑھایا معاشرتی اور اداراتی نظام نے پوری دنیا کے اندر ایک کیا کسی دنیا کو آگے ترقی دیتی لیکن اسلام نے کیا ہے ترقی کا راز ہے کہ والدین تیرے سر کا تاج ہوں اور کی کرنا تو فلا تقل لهما اف انہوں نے اف بھی نہیں کرنا ولا تنہرهما انہوں نے اک پٹ کے بھی نہیں دیکھنا اور جب کوئی ڈاٹی گل کرنا تو نہیں کرنا وقل رب ارحمهما كما ربيانی صغیرا یا اللہ میرے انہوں نے اس طرح ہی رحم کر انہوں نے اس طرح ہی شفقت کر انہوں نے اس طرح ہی اپنا فضل فرما جس طرح بچپن میں میرے نال رحم کیتا میرے تیرا رحم کیتا میرے تے شفقت کیتی میرے تے پیار کیتا یا اللہ تو ہی اپنا فضل اور رحم انہاں تے فرما اے ہے اسلام اور میرے آقا مولا صلی اللہ علیہ وسلم دا دامن چھوڑ کے اگر والدین کہن کے حضور دا دامن چھوڑ کے اسی کدھر ہور پلا لین جانا تے پھر انہاں نوں پلا دا آخری اولڈ ہوم ہی ملے گی اگر وہ حضور دے در تے رہن گیا تے پھر میرے آقا مولا صلی اللہ بندہ کا راہ مسند ذاتا سفر میرے آقا
ਜਾਂਦੇ ਸਨ ਇਹ ਤਾਂ ਮੇਰੇ ਆਕਾ ਮੌਲਾ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਤਸ਼ਰੀਫ ਲਿਆਏ ਜਿਨ੍ਹਾਂ ਦੇ ਆਉਣ ਦੇ ਨਾਲ ਤਾਮੀਨੇ ਹੱਕ ਬਹਾਦਾਰਾਂ ਸਫਰ ਬੰਦਾ ਗਰਾ ਮੁਸਨਦ ਆਕਾ ਸਫਰ ਇਹ ਤਾਂ ਮੇਰੇ ਆਕਾ ਮੌਲਾ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਨੇ ਆ ਕੇ ਤੁਹਾਡੀ ਇੱਜ਼ਤ ਦੱਸੀ ਔਰ ਤੁਹਾਡਾ ਉਹ ਮਰਤਬਾ ਦੱਸਿਆ ਉਹ ਸ਼ਾਨ ਦੱਸੀ ਕਿ ਹਜ਼ੂਰ ਦੀ ਖੁਦ ਸਾਹਿਬਜ਼ਾਦੀ ਤਸ਼ਰੀਫ ਲੈ ਕੇ ਆਣ ਤੇ ਕਿਆਮਤ ਤੱਕ ਮੌਮਿਨਾਂ ਵਾਸਤੇ ਮੀਨਾਰੇ ਨੂਰ ਹੋ ਕੇ ਬਣ ਜਾਏ ਹਜ਼ੂਰ ਖੜੇ ਹੋ ਕੇ ਆਪਣੀ ਸਾਹਿਬਜ਼ਾਦੀ ਦਾ ਇਸਤਿਕਬਾਲ ਕਰੋ ਇਹ ਤਾਂ ਹਜ਼ੂਰ ਨੇ ਦੱਸਿਆ ਅਗਰ ਇਮਾਮੁਲ ਅੰਬੀਆ ਦੀ ਸੀਰਤ ਔਰ ਇਮਾਮੁਲ ਅੰਬੀਆ ਦਾ ਨਾਂ ਕੱਢ ਕੇ ਹਜ਼ੂਰ ਦੇ ਦੀਨ ਨੂੰ ਕੱਢ ਕੇ ਤੁਸੀਂ ਦਾਏ ਬਾਏ ਦੀ ਇੱਜ਼ਤ ਤਲਾਸ਼ ਕਰਨ ਜਾਓਗੇ ਤਾਂ ਫਿਰ ਵਾਲਿਦੈਨ ਨੂੰ ਇੱਜ਼ਤ ਨਹੀਂ ਮਿਲੇਗੀ ਫਿਰ ਬੇਟੀਆਂ ਨੂੰ ਇੱਜ਼ਤ ਨਹੀਂ ਮਿਲੇਗੀ ਫਿਰ ਔਰਤਾਂ ਨੂੰ ਇੱਜ਼ਤ ਨਹੀਂ ਮਿਲੇਗੀ ਫਿਰ ਕਿਸੇ ਰਿਸ਼ਤੇ ਨੂੰ ਇੱਜ਼ਤ ਨਹੀਂ ਮਿਲ ਸਕਦੀ ਹਾਂ ਕਾਇਨਾਤ ਤੇ ਇੱਜ਼ਤ ਪਾਉਣ ਦੀ ਇੱਕੋ ਹੀ ਜਾਇ ਹੈ ਹਜ਼ੂਰ ਦਾ ਦਰ ਹੈ ਕਿਸੇ ਨੂੰ ਵੀ ਇੱਜ਼ਤ ਨਹੀਂ ਸਕਦੀ ਉਹ ਹਜ਼ੂਰ ਦੇ ਦਰ ਤੋਂ ਮਿਲ ਸਕਦੀ ਅਗਰ ਹਜ਼ੂਰ ਦੇ ਦਰ ਤੋਂ ਕੋਈ ਦਾਏ ਬਾਏ ਜਾ ਕੇ ਆਪਣੀ ਇੱਜ਼ਤ ਪਾਣਾ ਚਾਹੇਗਾ ਫਿਰ ਉਹ ਆਲਾ ਹਜ਼ਰਤ ਨੇ ਫਰਮਾਇਆ ਫਿਰ ਕੇ ਗਲੀ ਗਲੀ ਤਬਾ ਠੋਕਰੇ ਸਭ ਕੀ ਖਾਏ ਕਿਉਂ ਦਿਲ ਕੋ ਜੋ ਅਕਲ ਦੇ ਖੁਦਾ ਫਿਰ ਤੇਰੀ ਗਲੀ ਸੇ ਜਾਏ ਬਸ ਹਜ਼ੂਰ ਦਾ ਦਰ ਹੈ ਆਲਾ ਦੇ ਨਾ ਬਾ ਖੁਦਾ ਖੁਦਾ ਕਾ ਯਹੀ ਹੈ ਦਰ ਨਹੀਂ ਔਰ ਕੋਈ ਮਫਰ ਮਕਰ ਜੋ ਵਹਾਂ ਸੇ ਹੋ ਯਹੀ ਆ ਕੇ ਹੋ ਜੋ ਯਹਾਂ ਨਹੀਂ ਤੋ ਵਹਾਂ ਨਹੀਂ ਅਤੇ ਬਾਬਾ ਜੀ ਇੱਕ ਜੁਮਲਾ ਕਹਿੰਦੇ ਹੁੰਦੇ ਸਨ ਜੱਲੇ ਅਸੀਂ ਜਿਸ ਨੂੰ ਵੀ ਮੰਨਿਆ ਉਹ ਹਜ਼ੂਰ ਦੀ ਵਜ੍ਹਾ ਨਾਲ ਮੰਨਿਆ ਜਿਸ ਨੂੰ ਵੀ ਮੰਨਿਆ ਉਹ ਹਜ਼ੂਰ ਦੀ ਵਜ੍ਹਾ ਨਾਲ ਮੰਨਿਆ ਮੈਨੂੰ ਇੱਕ ਗੱਲ ਦੱਸੋ ਇੱਕ ਬੰਦਾ ਹਲਾਲੀ ਉਹ ਆਪਣੇ ਪਿਓ ਦੇ ਕਹਿਣ ਤੇ ਆਪਣੀ ਮਾਂ ਦੀ ਕਹਿਣ ਦੀ ਵਜ੍ਹਾ ਨਾਲ ਕਿ ਇਹ ਤੇਰਾ ਪਿਓ ਹੈ ਤੇ ਇਹ ਕਿਹਨੇ ਦੱਸਿਆ ਕਿ ਇਹ ਤੇਰਾ ਪਿਓ ਇਸ ਦੀ ਇੱਜ਼ਤ ਕਰਨੀ ਉਹ ਮੇਰੇ ਆਕਾ ਮੌਲਾ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਨੇ ਦੱਸਿਆ ਵਰਨਾ ਕਾ ਦੁਨੀਆ ਤੇ ਸਾਰੀਆਂ ਕੌਮਾਂ ਮੌਜੂਦ ਹਨ ਸਾਰੀਆਂ ਨਸਲਾਂ ਔਰ ਸਾਰੇ ਤਰੀਕੇ ਮੌਜੂਦ ਹਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਨਾਬ ਪਿਓ ਹੁੰਦਾ ਕੌਣ ਹੈ ਇਹ ਤਾਂ ਮੇਰੇ ਆਕਾ ਮੌਲਾ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਦਾ ਦੀਨ ਦੱਸਦਾ ਕਿ ਇਹ ਤੇਰਾ ਵਾਲਿਦ ਹੈ ਇਸ ਤੋਂ ਅੱਖ ਪੱਟ ਕੇ ਵੀ ਨਹੀਂ ਦੇਖਣਾ ਔਰ ਇਹ ਜੰਨਤ ਦਾ ਦਰਵਾਜ਼ਾ ਹੈ ਇਸ ਤੋਂ ਲੰਘ ਕੇ ਤੂੰ ਜਾਣਾ ਬਸ ਹਜ਼ੂਰ ਦਾ ਦੀਨ ਹੈ ਔਰ ਕਾਇਨਾਤ ਵਿੱਚ ਕਿਸੇ ਨੂੰ ਪਨਾਹ ਮਿਲੇਗੀ ਕਿਸੇ ਨੂੰ ਕਾਇਨਾਤ ਵਿੱਚ ਉਹ ਹਜ਼ੂਰ ਦੇ ਦਰ ਤੋਂ ਮਿਲੇਗੀ ਹਜ਼ੂਰ ਦੇ ਦਰ ਤੋਂ ਹਟ ਕੇ ਕਿਸੇ ਦੀ ਪਨਾਹ ਕੋਈ ਨਹੀਂ ਕਿਸੇ ਦੀ ਪਨਾਹ ਕੋਈ ਨਹੀਂ ਇਹ ਤਾਂ ਇੱਥੇ ਗੱਲ ਕਰਦੇ ਹਨ ਪੀਰ ਮਹਿਰ ਸ਼ਾਹ ਸਾਹਿਬ ਫਰਮਾਉਂਦੇ ਆਦਮ ਥੀ ਤਾਂ ਈਸਾ ਮਸੀਹ ਉੱਥੇ ਨਫਸੀ ਬੋਲੇ ਸੀ ਹਰ ਇੱਕ ਨਬੀ ਉੱਥੇ ਆਪਸੀ ਹਿੱਕਾ ਨਬੀ ਸਾਹਿਬ ਜਮਾਲ ਦਿਲ ਲੱਗਿਆ ਬੇਪਰਵਾਹਾਂ ਨਾਲ ਇੱਥੇ ਦਮ ਮਾਰਨ ਦੀ ਨਹੀਂ ਮਜਾਲ ਸੰਦਾ ਲੈ ਜ਼ੁਲ ਜਲਾਲ ਔਰ ਆਲਾ ਹਜ਼ਰਤ ਨੇ ਫਰਮਾਇਆ ਕਲੀਮੋ ਨਜੀ ਮਸੀਹੋ ਸਭੀ ਸਭੀ ਸੇ ਕਹੀ ਕਹੀ ਵੀ ਬਨੀ ਤੇ ਖਬਰੀ ਤੇ ਖਲਕ ਪੀਰੀ ਕਹਾਂ ਸੇ ਕਹਾਂ ਤੁਮਾਰੇ ਲਈ ਇਹ ਹਜ਼ੂਰ ਦਾ ਦਾਰੇ ਜਦੋਂ ਸਾਰੇ ਛੁੱਟ ਜਾਣ ਇਹ ਟਾਇਰ ਰਿਸ਼ਤੇ ਬਾਲਕਦਾ ਇਹ ਮਾਲ ਨੂੰ ਬੋਲ ਅਤੇ ਦੁਨੀਆ ਇਹ ਰਿਸ਼ਤਾ ਉਹ ਪੈਵਨ ਉਤਾਨ ਦੇ ਵਾਹ ਮਹਮਾ ਲਾ ਇਲਾ ਹੈ ਅੱਲਾ ਇੱਕ ਉਹ ਰਿਸ਼ਤੇ ਜਿਹੜੇ ਜਨਾਬ ਇਸ ਦੁਨੀਆ ਤੇ ਬਣਾ ਕੇ ਬੈਠਿਆ ਇਹ ਜਨਾਬ ਇੱਕ ਦਿਨ ਇਹ ਸਾਰੇ ਰਿਸ਼ਤੇ ਨੇ ਵੀ ਟੁੱਟ ਜਾਣਾ ਲੇਕਿਨ ਇੱਕ ਰਿਸ਼ਤਾ ਹੈ ਜਿਹਨੇ ਨਹੀਂ ਟੁੱਟਣਾ ਉਹ ਮੇਰੇ ਆਕਾ ਮੌਲਾ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਦਾ ਦਾਮਨ ਜਦੋਂ ਸਾਰੇ ਕਹਿ ਰਹੇ ਹੋਣਗੇ ਜਾਓ ਅੱਜ ਮਾਂ ਬੇਟੇ ਨੂੰ ਛੋੜ ਰਹੀ ਹੋਏਗੀ ਅੱਜ ਬਾਪ ਜਨਾਬ ਬੇਟੇ ਨੂੰ ਛੋੜ ਰਹੇਗਾ ਬੇਟਾ ਬਾਪ ਕੋਲ ਦੂਰ ਰਹੇਗਾ ਬੇਟੀ ਮਾਂ ਕੋਲ ਦੱਸ ਰਹੀ ਹੋਏਗੀ ਰਿਸ਼ਤੇਦਾਰ ਰਿਸ਼ਤੇਦਾਰ ਕੋਲ ਦੂਰ ਹੋ ਰਹੇਗਾ ਦੋਸਤ ਯਾਰ ਕੋਲ ਦੂਰ ਹੋ ਰਹੇ ਹੋਣਗੇ ਉਦੋਂ ਜਨਾਬ ਸਾਰੇ ਅੰਬੀਆ ਕੋਲ ਆਦਮ ਥੀ ਤਾਂ ਈਸਾ ਮਸੀਹ ਸਾਰੀ ਉਮਤ ਜਮ੍ਹਾਂ ਹੋ ਕੇ ਸਾਰੇ ਅੰਬੀਆ ਦੇ ਦਰਵਾਜ਼ੇ ਤੇ ਜਾ ਕੇ ਉਹ ਕਹਿੰਦੇ ਜਾਓ ਕਿਸੇ ਹੋਰ ਬੂਆ ਖੱਟੋ ਇਸ ਨੂੰ ਮਿਲਾ ਗਈ ਜਾਓ ਕਿਸੇ ਹੋਰ ਦੇ ਬੂਏ ਤੇ ਉੱਥੇ ਇੱਕੋ ਜ਼ਾਤ ਕਹਿ ਰਹੇਗੀ ਅਨਾ ਲਹਾ ਸ਼ਾਇਦ ਆ ਹੈ ਉਸ ਨਾ
कई हालात खराब हो गए। अल्लाह तआला ने दिल अपना बिशादा है उस लाखों ने पा पर फरमाया मेरे आका मौला मैदान माशर की तरफ तशरीफ ले जाएंगे और हुजूर के मुबारक पांव के मुबारक अंगूठे का नाखून कटा रहा हूं एंड करके ना पांव का नाखून एंड करके फरमाया जब हुजूर चलेंगे ना तो नाखून का जो एंड सामने मोमिन नजर आएगा ना हुजूर के गुलामों को हुजूर के गुलामों का नाखून नजर आएगा जो कहेंगे इतना भी महंगा हो गया है चरखे कौन फूल फरमाया जब हुजूर का नाखून एंड आने देखेंगे ना जो कहेंगे शफात का चंद कर गया सारी जान छोड़ने वाली क्या मतलब दिन सारे ने हुजूर घेरे होना साढ़े वर्गे गुनागार ने असी भी रसूल फसे होंगे